ਨਮਸਕਾਰ ਖਬਰਾਂ ਦੇ ਇਸ ਬਲੇਟ ਨੂੰ ਤੁਹਾਡਾ ਸਵਾਗਤ ਹੈ ਮੈਂ ਹਰਮਿੰਦਰ ਸਿੰਘ ਪਹਿਲਾ ਪੇਸ਼ ਖਬਰਾਂ ਸੀਮਿਆ ਸੁਰੱਖਿਆ ਬਾਲਨੇ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਵਿੱਚ ਭਾਰਤ ਪਾਕਿਸਤਾਨ ਕੁਮੰਤਰੀ ਸਰਹੱਦ ਦੇ ਨਾਲ ਕੰਡਿਆਲੀ ਤਾਰ ਨਾਲ ਲੱਗਦੇ ਭਾਰਤ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਪੰਜ ਕੁ ਸੈਟੀਆਂ ਨੂੰ ਠੇਰ ਕਰ ਦਿੱਤਾ ਪੰਜਾਬ ਤੋਂ ਲੈ ਕੇ ਜੰਮੂ ਰਾਜਸਥਾਨ ਅਤੇ ਗੁਜਰਾਤ ਸੂਬਿਆਂ ਵਿੱਚ ਪੈਂਦੀ ਕੋਈ 3300 ਕਿਲੋਮੀਟਰ ਲੰਮੀ ਪਾਕਿਸਤਾਨ ਨਾਲ ਲੱਗਦੀ ਕੌਂਤਰੀ ਸਰਹੱਦ ਤੇ ਇੱਕੋ ਵਾਰ ਇਹ ਨਹੀਂ ਵੱਡੀ ਗਿਣਤੀ ਵਿੱਚ ਕੁਝ ਪੈਟੀਆਂ ਨੂੰ ਮਾਰ ਮਕਾਉਣ ਦੀ ਇਹ ਪਹਿਲੀ ਘਟਨਾ ਹੈ ਪੰਜਾਬ ਦਾ ਕੋਈ 553 ਕਿਲੋਮੀਟਰ ਇਲਾਕਾ ਪਾਕਿਸਤਾਨ ਦੀ ਸਰਹੱਦ ਨਾਲ ਲੱਗਦਾ ਹੈ ਬੀਐਸਐਫ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਤਰਨਤਾਰਨ ਜ਼ਿਲ੍ਹੇ ਵਿੱਚ ਪੈਂਦੇ ਪਿੱਖੀਵੰਡ ਕਸਬੇ ਨੇੜੇ ਦਲ ਸਰਹੱਦੀ ਚੌਂਕੀ ਕੋਲ ਬੀਐਸਐਫ ਦੀ 103 ਬਟਾਲੀਅਨ ਦੇ ਜਵਾਨਾਂ ਨੇ ਬੀਤੀ ਅੱਧੀ ਰਾਤ ਕੁਝ ਸ਼ੱਕੀ ਵਿਅਕਤੀਆਂ ਦੀ ਹਰਕਤ ਦੇਖੀ ਜਿਸ ਮਗਰੋਂ ਬੀਐਸਐਫ ਵੱ ਨਿਯਤੇ ਪਾਲ ਵੀ ਡੀ ਗਈ ਬੀਐਸਐਫ ਨੇ ਸ਼ਰਦ ਦੇ ਨਾਲ ਨਾਲ ਥਾਂ ਥਾਂ ਤੇ ਘਾਤ ਲਗਾਏ ਅੱਜ ਤੜਕੇ ਕੋਈ 5:30 ਵਜੇ ਸ਼ੱਕੀ ਕੁਸਬੈਠੀਆਂ ਨੂੰ ਮੋੜ ਦੇਖ ਕੇ ਜਵਾਨਾਂ ਨੇ ਉਹਨਾਂ ਨੂੰ ਵੰਗਾ ਰਿਆ ਜਿਸ ਤੇ ਇਹਨਾਂ ਵਿਅਕਤੀਆਂ ਨੇ ਬੀਐਸਐਫ ਦੇ ਜਵਾਨਾਂ ਤੇ ਫਾਇਰਿੰਗ ਕਰ ਦਿੱਤੀ ਜੌਬੀ ਫਾਇਰਿੰਗ ਵਿੱਚ ਪੰਜ ਕੁਸਬੈਠੀਆਂ ਮਾਰੇ ਗਏ ਇਹਨਾਂ ਕੁਸਬੈਠੀਆਂ ਪਾਸੋਂ ਚਾਰ ਪਿਸਤੋਲਾਂ ਨੌ ਪੈਕਟ ਹੈਰੋਇਨ ਅਤੇ ਇੱਕ ਏਕੇ 47 ਰਾਈਫਲ 27 ਰੌਣ ਬਰਾਮਦ ਕੀਤੇ ਗਏ ਨੇ ਬੀਐਸਐਫ ਦੇ ਡੀਆਈਜੀ ਮਹੀਪਾਲ ਜਾਦਵ ਨੇ ਤਰਨਤਾਰਨ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਮਾਰੇ ਗਏ ਵਿਅਕਤੀ ਕੋਲ ਹਥਿਆਰਾਂ ਤੋਂ ਇਲਾਵਾ ਬੈਗਪੈਕ ਵੀ ਸਨ ਥੇਲੇ ਪੁਲਿਸ ਨੇ ਕੇਂਦਰੀ ਦਿੱਲੀ ਦੇ ਰਿਜ ਰੋਡ ਖੇਤਰ ਵਿੱਚ ਇੱਕ ਸੰਖੇਪ ਫਾਇਰਿੰਗ ਤੋਂ ਬਾਅਦ ਹਾਤਵਰੀ ਜਥੇਬੰਦੀ ਆਈਐਸ ਆਈਐਸ ਦੇ ਇੱਕ ਸ਼ੱਕੀ ਕਰਿੰਦੇ ਨੂੰ हाई ईडी स्मिथ गिरफ्तार ਕੀਤਾ ਹੈ ਦਿੱਲੀ ਪੁਲਿਸ ਦੇ ਡਿਪਟੀ ਕਮਿਸ਼ਨਰ ਸਪੈਸ਼ਲ ਸੈੱਲ प्रमोद ਸਿੰਘ ਕੁਸ਼ਵਾਹਾ ਨੇ ਅੱਜ ਨਵੀਂ ਦਿੱਲੀ ਵਿੱਚ ਦੱਸਿਆ ਕਿ ਇਸ ਵਿਅਕਤੀ ਨੂੰ ਥੋਲਾ ਕੂਆ ਅਤੇ ਕਰੋਲ ਬਾਗ ਵਿਚਲੇ ਰਿਜ ਰੋਡ ਤੋਂ ਗ੍ਰਿਫਤਾਰ ਕੀਤਾ ਗਿਆ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਦੱਸਿਆ ਕਿ ਇਸ ਵਿਅਕਤੀ ਨੂੰ ਪੁਸ਼ਪਰਤਾਲ ਜਾਰੀ ਹੈ ਇਸ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਕੌਮੀ ਰਾਜਧਾਨੀ ਵਿੱਚ ਚੌਕਸੀ ਵਧਾ ਦਿੱਤੀ ਹੈ ਇਸੇ ਦੌਰਾਨ ਐਨਐਸਜੀ ਦੀ ਬੰਬ ਨੂੰ ਬੇਅਸਰ ਕਰਨ ਵਾਲੀ ਟੀਮ ਮੌਕੇ ਤੇ ਪਹੁੰਚੀ ਹੈ ਤੇ ਉਸ ਨੇ ਇੱਕ ਰੋਬੋਟ ਰਾਹੀਂ ਇਸ ਬੰਬ ਨੂੰ ਚੁੱਕ ਕੇ ਇੱਕ ਸਿਮਥਾ ਤੇ ਇਸ ਨੂੰ ਬੇਅਸਰ ਕੀਤਾ ਦਿੱਲੀ ਵਿੱਚ ਸ਼ੱਕੀ ਅਤਵਾਦੀ ਦੀ ਤਾਰੀਖ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਡੀਜੀਪੀ ਹਿਤੇਸ਼ ਚੰਦਰ ਵਸਥੀਨ ਵੱਲੋਂ ਸੂਬੇ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਅਤੇ ਫੀਲਡ ਵਿੱਚ ਤਾਇਨਾਤ ਸਾਰੇ ਪੁਲਿਸ ਅਧਿਕਾਰੀਆਂ ਨੂੰ ਚੌਕਸ ਰਹਿਣ ਅਤੇ ਜ਼ਰੂਰੀ احتیاط ਵਰਤਣ ਦੀ ਸਲਾਹ ਦਿੱਤੀ ਗਈ ਹੈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਦਿੱਲੀ ਨਾਲ ਲੱਗਦੇ ਬਾਰਡਰ ਤੇ ਵੀ ਸੁਰੱਖਿਆ ਜਾਂਚ ਵਧਾ ਦਿੱਤੀ ਗਈ ਹੈ। ਉਪ ਰਾਸ਼ਟਰਪਤੀ ਐਮਮੰਕਈਆ ਨਾਇਡੂ ਨੇ ਕੋਵਿਡ-19 ਮਹਾਮਾਰੀ ਦੇ ਬਾਵਜੂਦ ਝੋਨੇ ਅਤੇ ਹੋਰਨਾਂ ਫਸਲਾਂ ਦੇ ਰਿਕਾਰਡ ਵਜਾਈ ਲਈ ਕਿਸਾਨਾਂ ਦੀ ਮਿਹਨਤ ਅਤੇ ਯਤਨਾਂ ਦੀ ਛਲਾਗਾ ਕੀਤੀ। ਇੱਕ ਫੇਸਬੁੱਕ ਪੋਸਟ ਵਿੱਚ ਉਪਰਾਸ਼ਟਪਤੀ ਨੇ ਕਿਹਾ ਕਿ ਚੰਗੀ ਬਾਰਿਸ਼ ਦੇ ਚਲਦਿਆਂ ਸੌਣੀ ਦੀ ਬਜਾਈ ਪਿਛਲੇ ਸਾਲ ਦੇ ਇਸ ਹਫਤੇ ਦੇ ਮੁਕਾਬਲੇ 8.6% ਵਧੀ ਹੈ। ਉਹਨਾਂ ਨੇ ਕਿਹਾ ਕਿ ਖੇਤੀਬਾੜੀ ਭਾਰਤ ਦਾ ਬੁਨਿਆਦੀ ਸੱਭਿਆਚਾਰ ਅਤੇ ਆਰਥਿਕਤਾ ਦਾ ਮੁੱਖ ਧੁਰਾ ਹੈ। ਨਾਡੂ ਨੇ ਕਿਹਾ ਕਿ ਖੇਤੀਬਾੜੀ ਨੂੰ ਸੁਰੱਖਿਆ ਅਤੇ ਉਤਸ਼ਾਹਤ ਕਰਨ ਦੀ ਲੋੜ ਹੈ। ਆਂਦਾਤਾ ਸੁਖੀ ਪਵਾ ਰਹੇ ਕਿਸਾਨਾਂ ਦੀ ਇਸਲਾਗਾ ਕਰਦੇ ਹਨ। ਉਪਰਾਸ਼ਟਪਤੀ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਹਮੇਸ਼ਾ ਉਹਨਾਂ ਦੀ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਜਿਹੜੇ ਲੱਖਾਂ ਲੋਕਾਂ ਨੂੰ ਖਾਣ ਪੀਣ ਦੀਆਂ ਵਸਤਾਂ ਉਪਲਬਧ ਕਰਾਉਣ ਲਈ ਕੁਦਰਤ ਦੀਆਂ ਰਕਾਹਟਾਂ ਨੂੰ ਚਲਦੇ ਹੋਏ ਦਿ ਕਰਦੇ ਨੇ ਉਹ ਪ੍ਰਸ਼ਤਪਿਤ ਨੇ ਕਿਹਾ ਕਿ ਇਸ ਸਾਲ ਹੁਣ ਤੱਕ ਝੋਨੇ ਹੇਠਲਾ ਕੁਲ ਰਕਬਾ 378 ਲੱਖ ਹੈਕਟੇਰ ਦਾ ਹੈ ਜੋ ਪਿਛਲੇ ਸਾਲ ਇਸੇ ਸਮੇਂ ਦੌਰਾਨ 339 ਲੱਖ ਹੈਕਟੇਰ ਸੀ ਝੋਨੇ ਹੇਠਲੇ ਰਕਬੇ ਵਿੱਚ ਇਸ ਸਾਲ 12 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ ਅਰਹਰ ਉੜਦ ਅਤੇ ਮੂੰਗੀ ਲਈ ਇਸ ਸਾਲ ਵਧੇਰੇ ਰਕਬੇ ਵਿੱਚ ਬਿਜਾਈ ਹੋਈ ਹੈ ਪਿਛਲੇ ਸਾਲ ਨਾਲੋਂ ਤੇਲ ਬੀਜਾਂ ਦੀ ਬਿਜਾਈ ਵਿੱਚ 14 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਲਗਾਤਾਰ ਵਧ ਰਹੇ ਕੋਰੋਨਾ ਮਾਮਲੇ ਦੇ ਮੱਦੇਨਜ਼ਰ ਜਾਰੀ ਹੁਕਮਾਂ ਅਨੁਸਾਰ ਅੱਜ ਸ਼ਨੀਵਾਰ ਅਤੇ ਪਲਕਿਆਤੌਰ ਸੂਬੇ ਵਿੱਚ ਮੁਕੰਮਲ ਤੌਰ ਤੇ ਬੰਦ ਲਾਗੂ ਕੀਤਾ ਜਾ ਰਿਹਾ ਹੈ। ਅੱਜ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਗੈਰ ਜ਼ਰੂਰੀ ਦੁਕਾਨਾਂ, ਦੁਕਾਨਾਂ, ਵਪਾਰਕ ادارے ਆਦ ਬੰਦ ਵਿਖੇ ਗਏ। ਪੰਜਾਬ ਦਾ ਲੁਧਿਆਣਾ ਜ਼ਿਲ੍ਹਾ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੈ ਜਿੱਥੇ ਹੁਣ ਤੱਕ ਕੋਰੋਨਾ ਦੀ ਪੋਜ਼ਿਟਿਵ ਵਾਲੇ 8500 ਤੋਂ ਵੱਧ ਮਾਮਲੇਦਾਰ ਸਾਹਮਣੇ ਆਏ ਨੇ ਅਤੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਨਵੇਂ ਕੋਰੋਨਾ ਕੇਸ ਦਰਜ ਹੋ ਰਹੇ ਨੇ। ਸਰਕਾਰ ਵੱਲੋਂ ਲੋਕਾਂ ਨੂੰ ਮਾਸਕ ਪਾਉਣ ਗੁਰੂਏਜ਼ ਕਰਨ ਲਈ ਕੀਤਾ ਜਾਂਦਾ ਰਿਹਾ ਪਰ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ 'ਤੇ ਲੋਕਾਂ ਨੇ ਧਿਆਨ ਨਹੀਂ ਦਿੱਤਾ ਜਿਸ ਦੇ ਸਿੱਟੇ ਵਜੋਂ ਕਰੋਨਾ ਮਾਮਲੇ ਵਿੱਚ ਤੇਜ਼ ਵਾਧਾ ਦੇਖਿਆ ਗਿਆ ਕੈਪਟਨ ਅਮਰਿੰਦਰ ਸਿੰਘ ਨੇ ਚੇਤਾਵਨੀ ਭਰੇ ਅੰਦਾਜ਼ ਵਿੱਚ ਲੋਕਾਂ ਨੂੰ ਆਪਣੀਆਂ ਜਾਨਾਂ ਦੀ ਖਾਤਰ ਜ਼ਰੂਰੀ ਇहतਿਆਤ ਵਰਤਣ ਦੀ ਫਿਰ ਸਲਾਹ ਦਿੱਤੀ ਹੈ ਤੇ ਕਈ ਸਖਤ ਐਲਾਨ ਕੀਤੇ ਗਏ ਅੱਜ ਲਾਕਡਾਊਨ ਕਾਰਨ ਪੰਜਾਬ ਦੇ ਸੰਨਤੀ ਸ਼ਹਿਰੋ ਜਿਆਣਾ ਵਿੱਚ ਪ੍ਰਮੁੱਖ ਬਾਜ਼ਾਰ ਦੁਕਾਨਾਂ ਵਪਾਰ ਕਦਾਰੇ ਤੇ ਸ਼ਾਪਿੰਗ ਮਾਲ ਬੰਦ ਰਹੇ ਸਿਰਫ ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਹੀ ਖੁੱਲੀਆਂ ਪਰ ਸੜਕਾਂ ਤੇ ਮੋਟਰ ਗੱਡੀਆਂ ਤੇ ਲੋਕਾਂ ਦੀ ਭੀੜ ਉਸੇ ਤਰ੍ਹਾਂ ਨਜ਼ਰ ਆਈ ਇੱਥੇ ਦੇ ਸਾਰੇ ਦੁਕਾਨਦਾਰ ਮਯੂਸ ਨਜ਼ਰ ਆਏ ਅਤੇ ਉਹਨਾਂ ਮੁੱਖ ਮੰਤਰੀ ਕੈਪਟਨ ਅਮਨਿੰਦਰ ਸਿੰਘ ਨੂੰ ਹਫ਼ਤੇ ਦੇ ਆਖਰੀ ਦਿਨਾਂ ਵਿੱਚ ਦੋ ਦਿਨਾਂ ਲਾਕਡਾਊਨ ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ। ਉਹਨਾਂ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਕੋਰੋਨਾ ਤੇ ਕਾਬੂ ਪਾਉਣ ਲਈ ਚੰਗੇ ਕਦਮ ਚੁੱਕੇ ਗਏ ਅਤੇ ਹਰ ਨਾਗਰਿਕ ਨੂੰ ਸਮਾਜਿਕ ਦੂਰੀ ਅਤੇ ਮਾਸਕ ਪਾਉਣ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਏ। ਤੇ ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਏ। ਅੱਗੇ ਅਧਿਓ। ਨਮਸਕਾਰ।